ਮਿੱਠੂ ਮਿੱਠੂ ਹੌਲੀ ਲਿਆ ਹੌਲੀ ਆ, ਅੱਗੇ ਆਇਆ ਯਾਰ ਤੂੰ, ਅੱਗੇ ਆ ਜਾ, ਤੇਰਾ ਸ਼ਾਟ ਮੈਂ ਖਰਾਬ ਕਰ ਰੱਖਿਆ। ਕੇਸ ਦੀ ਤਰੀਕ ਭੁਗਤ ਕੇ ਆਏ ਨੌਜਵਾਨਾਂ ਤੇ ਮਾਰੀਆਂ ਗੋਲੀਆਂ, ਮੌਕੇ ਤੇ ਸ਼ਖਸ ਹੋ ਗਿਆ ਖੂਨੋ ਖੂਨ। ਤਾਂ ਦੱਸਦੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਤੇ ਲੜਾਈ ਦੇ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਲੱਗ ਜਾਂਦੀ ਹੈ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਜਿਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਉਸ ਨੂੰ ਲੁਧਿਆਣਾ ਦੇ DMC ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਜ਼ਖਮੀ ਦੀ ਪਹਿਚਾਣ ਸੰਜੂ ਵਜੋਂ ਹੋਈ ਹੈ ਤੇ ਲੜਾਈ ਦੀ ਖਬਰ ਮਿਲਦਿਆਂ ਹੀ ਸੈਂਕੜੇ ਲੋਕ ਅਤੇ ਮਹਿਲਾਵਾਂ ਥਾਣੇ ਦੇ ਬਾਹਰ ਪਹੁੰਚ ਜਾਂਦੇ ਨੇ। ਦੱਸਦੇ ਕਿ ਪੂਰਾ ਮਾਮਲਾ ਫਲੋਰ ਤੋਂ ਸਾਹਮਣੇ ਆਇਆ, ਜਿੱਥੇ ਜ਼ਖਮੀ ਸ਼ਖਸ ਸੰਜੂ ਦੇ ਮਾਸੀ ਦੇ ਮੁੰਡੇ ਨੇ ਦੱਸਿਆ ਕਿ ਉਹ ਮਾਣਯੋਗ ਅਦਾਲਤ ਦੇ ਵਿੱਚ ਕਿਸੇ ਕੇਸ ਦੀ ਤਰੀਕ ਭੁਗਤ ਕੇ ਘਰ ਵਾਪਸ ਆ ਰਹੇ ਸੀ ਤਾਂ ਸ਼ਿਵਾ ਸਤਪਾਲ ਨੇ ਉਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੰਜੂ ਦੇ ਗੋਲੀ ਲੱਗ ਜਾਂਦੀ ਹੈ ਅਤੇ ਉਸਨੇ ਭੱਜ ਕੇ ਆਪਣੀ ਜਾਨ ਬਚਾਈ। ਦੂਜੇ ਪਾਸੇ ਸ਼ਿਵਾ ਦੀ ਮਾਤਾ ਨੇ ਦੱਸਿਆ ਕਿ ਵਿਜੇ ਨੇ ਪਹਿਲਾਂ ਵੀ ਸਾਡੇ ਘਰ 'ਤੇ ਹਮਲਾ ਕੀਤਾ ਸੀ ਅਤੇ ਅੱਜ ਸੋਮਵਾਰ ਨੂੰ ਵੀ ਵਿਜੇ ਨੇ ਆਪਣੇ ਹੋਰਨਾਂ ਸਾਥੀਆਂ ਦੇ ਨਾਲ ਘਰ 'ਤੇ ਹਮਲਾ ਕਰਕੇ ਮੇਰੇ ਪੁੱਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਗੋਲੀ ਚਲਾਉਣ ਦੀ ਗੱਲ 'ਤੇ ਕਿਹਾ ਕਿ ਸੰਜੂ ਉੱਪਰ ਗੋਲੀ ਉਸਦੇ ਸਾਥੀ ਵਿਜੇ ਨੇ ਹੀ ਚਲਾਈ ਸੀ। ਅਸੀਂ ਤਰੀਕ ਦੇਖ ਕੇ ਆ ਰਹੇ ਸੀ, ਵਿਜੇ ਦੇ ਮਾਲਨ ਨੂੰ ਫਿਰਦਾ ਸੀ ਗੋਲੀ, ਮੈਂ ਪਿੱਛੇ ਮੋਟਰਸਾਈਕਲ 'ਤੇ ਬੈਠਾ ਸੀ। ਹਾਂ ਹਾਂ, ਫਿਰ ਉਹਨਾਂ ਨੇ ਘੱਟ ਨਹੀਂ ਕੀਤੀ, ਕੱਢ ਕੇ ਫਟਾਫਟ ਸ਼ੁਰੂ ਕਰ ਦਿੱਤੀਆਂ ਮਾਰਨੀਆਂ, ਦੜਾ ਦੜ ਬੰਦਾ ਵੀ। ਸ਼ਿਵੇ ਦਾ ਚਾਚਾ ਸੀ, ਤਾਇਆ ਸੀ ਇੱਕ ਬੁੜਾ ਜਿਹਾ, ਤੇ ਬਾਕੀ ਮੁੰਡੇ ਸੀ ਤਿੰਨ ਚਾਰ, ਉਹਦੀ ਮਾਂ ਵੀ ਸੀ, ਉਹਦੀ ਭੈਣ ਵੀ ਸੀ। ਸਾਨੂੰ ਦੇਖ ਕੇ ਬਸ ਉਹਨੇ ਕੱਢ ਲਈਆਂ, ਸਾਨੂੰ ਦੇਖ ਕੇ ਕੱਢ ਲਈਆਂ ਉਹਨਾਂ ਨੇ, ਲੰਘੇ ਜਾਂਦੇ ਆ ਤੇ ਉਹਨਾਂ ਨੇ ਬਸ। ਮੇਰਾ ਮੁੰਡਾ ਤੇ ਮੇਰਾ ਭਰਾ ਉੱਥੇ ਗੱਡੀ ਦੇਖਣ ਗਏ ਸੀ ਹਵੇਲੀ, ਤੇ ਮੈਂ ਉੱਪਰ ਝਾੜੂ ਫੇਰਦੀ ਸੀਗੀ, ਮੈਨੂੰ ਗੋਲੀਆਂ ਦੀ ਆਵਾਜ਼ ਆਈ, ਨਾਲੇ ਰੌਲਾ ਪਾ ਲਿਆ, ਸ਼ਿਵੇ ਨੂੰ ਥੱਲੇ ਢਾਇਆ ਹੋਇਆ ਸੀ। ਜਦੋਂ ਮੈਂ ਬਾਹਰ ਫਟਾਫਟ ਭੱਜ ਕੇ ਆਈ ਤੇ ਸਾਡਾ ਸਾਰਾ ਹੀ ਮਹੱਲਾ ਆਣ ਕੇ ਬਾਅਦ 'ਚੋਂ ਸ਼ਿਵੇ ਨੂੰ ਥੱਲਿਓ ਕੱਢਿਆ, ਅਸੀਂ ਉਹ ਮੁੰਡਿਆਂ ਨੂੰ ਮਤਲਬ ਮਾਰਦਿਆਂ ਨੂੰ ਇੱਥੇ ਫੜਿਆ, ਇੱਕ ਜਾਣੇ ਨੂੰ ਤਾਂ ਅਸੀਂ ਫੜ ਵੀ ਲਿਆ ਸੀ ਵੀ ਜਾਂ ਗੋਲੀਆਂ ਦੇ ਫਾਇਰ ਕਰਦਾ ਪਿਆ ਸੀ ਉੱਪਰ ਨੂੰ, ਉਹਦੇ ਮੁੰਡੇ ਦੇ ਮਾਰਨ ਲੱਗਾ ਸੀਗਾ ਫਟਾਫਟ, ਇੱਦਾਂ ਉੱਪਰ ਨੂੰ ਮੁੰਡਿਆਂ ਨੇ ਹੱਥ ਮਾਰਿਆ ਉਹਦਾ, ਉਹਦੀ ਪਿਸਟਲ ਵੀ ਇੱਥੇ ਕਿਤੇ ਡਿੱਗ ਗਈ ਆ, ਪਤਾ ਨਹੀਂ ਹੁਣ ਕਿੱਥੇ ਡਿੱਗੀ ਆ ਕਿੱਥੇ ਨਹੀਂ। ਤੇ ਉਹਨੇ ਨਾ ਆਪਣੇ ਮੁੰਡਾ ਜਿਹੜਾ ਉਹਦੇ ਨਾਲ ਦਾ ਸੀ ਉਹਦੇ ਵੀ ਪਿਸਟਲ ਗੋਲੀ ਮਾਰੀ ਉਹਨੇ ਉੱਥੇ ਜਾ ਕੇ। ਉਹਨਾਂ ਦਾ ਕਹਿਣਾ ਵੀ ਸ਼ਿਵੇ ਨੇ ਨਹੀਂ, ਸ਼ਿਵਾ ਤਾਂ ਅੰਦਰੋਂ ਖਾਲੀ ਹੱਥ ਗਿਆ ਮੇਰਾ, ਸ਼ਿਵੇ ਨੇ ਕਾਹਤੇ ਮਾਰੀਆਂ, ਸ਼ਿਵ ਅੱਗੇ ਵੀ ਆ 3 ਸਾਲ ਪਹਿਲਾਂ ਇਹਨਾਂ ਨੇ ਮੇਰੇ ਮੁੰਡੇ ਤੇ ਗੋਲੀਆਂ ਮਾਰਨ ਆਏ ਸੀਗੇ, ਉਹਨਾਂ ਦਾ ਤਾਂ ਕੰਮ ਹੀ ਇਹ ਆ ਜੀ। ਇਹ ਸਾਨੂੰ ਨਹੀਂ ਪਤਾ ਹੈਗਾ ਹਮਲਾ, ਇੱਥੇ ਆਣ ਕੇ ਹਮਲਾ ਕਰਨਾ ਸੀ ਉਹਨਾਂ ਦਾ, ਉਹਨਾਂ ਨੇ ਵਿਚਾਰੇ ਨੇ, ਉਹ ਤਾਂ ਇਕੱਲਾ ਹੀ ਸੀਗਾ ਸ਼ਿਵਾ, ਉਹ ਤਾਂ ਮੁਹੱਲੇ ਵਾਲੇ ਨਿਕਲਿਆ ਸੀ ਸਾਡੇ, ਜਿੱਦਾਂ ਉਹਨਾਂ ਨੇ ਬਚਾ ਕੇ ਸ਼ਿਵੇ ਨੂੰ ਕੱਢਿਆ, ਬਾਅਦ 'ਚ ਮੇਰਾ ਭਰਾ ਵੀ ਆ ਗਿਆ ਫਟਾਫਟ, ਸਾਰੇ ਹੀ ਆ ਗਏ ਸੀ, ਫਿਰ ਉਹਨਾਂ ਨੂੰ ਫੜਿਆ ਵੀ ਅਸੀਂ, ਫਿਰ ਭੱਜ ਗਏ। ਉਹ ਦੇਖੋ ਇੱਟਾਂ ਵੀ ਪਈਆਂ ਉਹਨਾਂ ਦੇ ਮੋਟਰਸਾਈਕਲਾਂ ਡਿੱਗੇ ਪਏ ਆ, ਦੇਖ ਲਓ ਹੁਣ ਚੱਕ ਕੇ ਗਏ ਆ ਪੁਲਿਸ ਵਾਲੇ, ਲੈ ਕੇ ਇਨਕੁਆਇਰੀ ਕਰਕੇ ਗਏ ਆ ਸਾਰੀ। ਬਾਕੀ ਹੁਣ ਤੁਸੀਂ ਦੇਖ ਲਓ ਭਰਾਵੋ, ਸਾਨੂੰ ਇਨਸਾਫ਼ ਦਿਲਾਓ। ਮੇਰੇ ਮੁੰਡੇ ਨੂੰ ਰਾਤੀ ਉਹ ਸਲੂਨ ਦੇ ਵਿੱਚ ਵੀ ਧਮਕੀ ਦੇ ਕੇ ਗਏ ਆ, ਆ ਸਲੂਨ ਮੁੰਡੇ ਦੇ ਨਾਲ ਕਰਨ ਸੀਗਾ ਉੱਥੇ ਸਲੂਨ, ਸਬਜ਼ੀ ਮੰਡੀ ਸਲੂਨ, ਸਬਜ਼ੀ ਮੰਡੀ ਸਲੂਨ ਤੇ ਉਹ ਰਾਤੀ ਕਹਿ ਕੇ ਗਏ ਆ ਸਾਡੀ, ਜੇ ਸ਼ਿਵਾ ਦੇ ਤੁਸੀਂ ਬਾਲ ਕੱਟੇ ਤੇ ਸਾਡੀ ਹਨਾ ਤੁਹਾਡੇ ਨਾਲ ਤੁਹਾਡਾ ਸਾਰਾ ਸਲੂਨ ਤੋੜ ਦੇਣਾ ਅਸੀਂ ਰਾਤੀ, ਕਹਿੰਦੇ ਆਰ ਪਾਰ ਕਰ ਦੇਣਾ ਸਾਡੀ, ਸ਼ਿਵਾ ਦੇ ਨਾਲ ਆਰ ਪਾਰ ਦੀ ਲੜਾਈ ਆ। ਭਈਆ ਸਾਡੇ ਨੇ ਦੋ ਕਿਸੇ ਦੀ ਤਰੀਕਾ ਸੀ, ਮੇਰੀ ਮੇਰੇ ਭਰਾ ਦੀ, ਤੇ ਸਾਡੀ 4-5 ਜਣੇ ਕਾਲੀ ਵੀ ਮੇਰੇ ਨਾਲ ਹੀ, ਉਹ ਵੀ ਮੇਰੇ ਕੇਸਵਾਰ ਸੀ,
ਅਸੀਂ ਚਾਰ ਜਣੇ ਤਰੀਕਾ ਤੇ ਆਏ, ਤਰੀਕ ਤੋਂ ਤਰੀਕਾ ਪਵਾ ਕੇ ਅਸੀਂ ਪਿੰਡੇ ਮਿੱਠੇ ਖੂਹ ਵਾਲੇ ਜਾਂਦੇ ਪਏ ਸੀ। ਜਦੋਂ ਅਸੀਂ ਮਿੱਠੇ ਖੂਹ ਵਾਲੇ ਜਦੋਂ ਜਾਣ ਲੱਗੇ ਨਾ ਉੱਥੇ ਸ਼ਿਵੇ ਦੇ ਘਰ ਮੂਹਰੇ, ਸ਼ਿਵੇ ਦੀ ਮਾਂ ਫੜਾ ਨਿਕਲ ਕੇ ਸਾਡੇ ਘਰ ਮੂਹਰੇ ਹੋ ਗਈ, ਮੂਹਰੇ ਹੋ ਗਏ, ਉਹਨੇ ਮੇਰਾ ਗੁਲਾਮਾ ਫੜ ਲਿਆ, ਗੁਲਾਮਾ ਫੜਿਆ, ਜਦੋਂ ਮਤਲਬ ਮੈਂ ਗੋਲੀ ਸ਼ਿਵ ਲੋਡ ਕਰਕੇ ਗੋਲੀ ਮੇਰੇ ਮਾਲਾ ਕੇ ਮੇਰਾ ਭਰਾ ਮੇਰੇ ਮੂਹਰੇ ਹੋ ਗਿਆ, ਉਹਦੇ ਲੱਕ ਤੇ ਗੋਲੀ ਵੱਜੀ ਆ ਤੇ ਉਹ ਸ਼ਿਵ ਉੱਥੇ ਘਰ ਹੀ ਆ, ਉਹਦੇ ਲੱਕ ਤੇ ਗੋਲੀ ਵੱਜੀ ਤੇ ਜੇ ਅਸੀਂ ਜਦੋਂ ਨੱਠੇ ਸੀ ਨਾਲ ਕਾਲੀ ਨੂੰ ਫੜ ਲਿਆ ਉਹਨਾਂ ਨੇ, ਕਾਲੀ ਨੂੰ ਉੱਥੇ ਫੜਿਆ, ਕਾਲੀ ਨੇ ਕਿੱਕਾ ਵੀ ਮਾਰਕੁੱਟ ਹੋਈ ਆ ਜੀ, ਕਾਲੀ ਹਾਂਜੀ ਸ਼ਿਵੇ ਨੇ ਜੀ, ਸ਼ਿਵੇ ਨੇ ਪਹਿਲਾਂ ਵੀ ਵੀਡੀਓ ਵੀ ਅਸੀਂ ਦਿੱਤੀ ਸ਼ਿਵੇ ਦੀ, ਅਸੀਂ ਅਸਲੇ ਫੜੇ ਜੀ, ਹਾਂ ਕੋਈ ਕਾਰਵਾਈ ਨਹੀਂ ਹੋਈ ਸਾਡੇ ਬਾਰੇ, ਮਾੜਾ ਮਾੜਾ ਕਿਤੇ ਦਬਕਾ ਵੀ ਮਾਰ ਦਈਦਾ ਗਾ, ਕੋਈ ਮਾੜੇ ਥੱਪੜੇ ਮਾਰਦੇ ਪੂਰੀ ਮਿਲਟਰੀ ਸਾਡੇ ਘਰ ਪਹੁੰਚ ਜਾਂਦੀ ਆ, ਮੇਰੇ ਭਰਾ ਦੇ ਲੱਗੇ ਸੰਜੂ ਦੇ ਜੀ ਲੱਗ ਤੇ ਵੱਜੀ ਆ ਜੀ, ਸਾਡੇ ਕੋਲ ਵੀਡੀਓ ਵੀ ਉਹਦੀ ਗੋਲੀ ਵੱਜੀ ਹੋਈ ਸੀ, ਦੋ ਗੋਲੀਆਂ ਚਲਾਈਆਂ, ਇੱਕ ਉਹਦੀ ਲੱਗ ਤੇ ਵੱਜੀ ਆ, ਦੂਸਰਾ ਮਤਲਬ ਕੰਧ ਦੇ ਵੱਜੀ ਉੱਥੇ ਵੱਜੀ ਹੋਈ ਗੋਲੀ। ਹਾਂਜੀ ਸਾਡੇ ਕੋਲ ਇੱਕ ਗਨਸ਼ਾਟ ਇੰਜਰੀ ਦਾ ਪੇਸ਼ੈਂਟ ਆਇਆ ਹੁਣੀ, ਉਹਦਾ ਨਾਮ ਹੈਗਾ ਸੰਜੂ, ਕਾਲਮ ਸਿੰਘ ਦਾ ਬੇਟਾ ਤੇ ਉੱਚੀ ਘਾਟੀ ਕੋਲ ਰਹਿੰਦਾ ਹੈ, ਕੋਈ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਤੇ ਉੱਥੇ ਗਨ ਸ਼ਾਟ ਇੰਜਰੀ ਹੋ ਗਈ ਉਹਨੂੰ, ਉਹਦੇ ਰਾਈਟ ਸਾਈਡ ਤੇ ਐਬਡਾਮਨ ਤੇ ਹੈਗੀ ਆ ਤੇ ਫਿਲਹਾਲ ਕੰਡੀਸ਼ਨ ਉਹਦੀ ਕਾਫੀ ਸਿੱਕ ਆ। ਸਿੱਕ ਲੱਗਦੀ ਜੀ, ਸਿੱਕ ਲੱਗਦੀ ਆ, ਕਿੱਥੇ ਰੈਫਰ ਕੀਤਾ? ਇਹਨਾਂ ਸਿਵਲ ਹਸਪਤਾਲ ਜਲੰਧਰ। ਉੱਥੇ ਲਾਗੇ ਸੀਸੀਟੀਵੀ ਕੈਮਰੇ ਚੈਕਿੰਗ ਹੋ ਰਹੀ ਆ ਕੀ? ਓਕੇ ਓਕੇ।